ਪੰਜਾਬੀ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦਾ ਪਿੰਡ ਹੋਇਆ ਖਾਲੀ। ਦੇਖੋ ਕਿੱਧਰ ਨੂੰ ਗਏ ਪਿੰਡ ਦੇ ਮੁੰਡੇ ਕੁੜੀਆਂ, ਪਿੰਡਾਂ ਦੇ ਵਿੱਚ ਰਹਿ ਗਏ ਸਿਰਫ ਬਜ਼ੁਰਗ ਹੀ ਬਜ਼ੁਰਗ। ਜੀ ਹਾਂ, ਪੰਜਾਬ ਦੇ ਕਈ ਪਿੰਡ ਅਤੇ ਸ਼ਹਿਰਾਂ ਤੋਂ ਨੌਜਵਾਨ ਪੀੜ੍ਹੀ ਲਗਾਤਾਰ ਵਿਦੇਸ਼ ਜਾਣ ਦਾ ਰੁੱਖ ਕਰ ਰਹੀ ਹੈ, ਜਿਹਦੇ ਚੱਲਦੇ ਪੰਜਾਬ ਦੇ ਕਈ ਅਜਿਹੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਸਿਰਫ ਮਾਤਾ ਪਿਤਾ ਜਾਂ ਫਿਰ ਬਜ਼ੁਰਗ ਹੀ ਰਹਿ ਗਏ ਨੇ ਅਤੇ ਸਾਰੀ ਨੌਜਵਾਨ ਪੀੜ੍ਹੀ ਬਾਹਰ ਵਿਦੇਸ਼ਾਂ ਦੇ ਵਿੱਚ ਚਲੀ ਗਈ ਹੈ ਅਤੇ ਕਈ ਪਰਿਵਾਰ ਤਾਂ ਅਜਿਹੇ ਨੇ ਜੋ ਆਪਣੇ ਘਰਾਂ ਨੂੰ ਕੋਠੇ ਨੂੰ ਜਿੰਦਰੇ ਮਾਰ ਕੇ ਪੂਰੇ ਦਾ ਪੂਰਾ ਪਰਿਵਾਰ ਵਿਦੇਸ਼ ਦੇ ਵਿੱਚ ਜਾ ਕੇ ਵੱਸ ਗਿਆ, ਜਿਹਦੇ ਚੱਲਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ। ਉੱਥੇ ਹੀ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾਂ ਦੇ ਵਿੱਚ ਜਦੋਂ ਪੱਤਰਕਾਰਾਂ ਦੀ ਟੀਮ ਗਈ ਤਾਂ ਉਹਨਾਂ ਨੇ ਦੇਖਿਆ ਕਿ ਇਹ ਪਿੰਡ ਵੀ ਖਾਲੀ ਨਜ਼ਰ ਆਇਆ। ਸਿਰਫ ਬਜ਼ੁਰਗ ਜਾਂ ਫਿਰ ਮਾਤਾ ਪਿਤਾ ਹੀ ਇਸ ਪਿੰਡ ਦੇ ਵਿੱਚ ਰਹਿ ਗਏ ਨੇ, ਜਿਹਦੇ ਚੱਲਦੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਵੱਡੇ ਤੋਂ ਵੱਡੇ ਆਲੀਸ਼ਾਨ ਘਰ ਬਣਾ ਕੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਨੇ ਤੇ ਇੱਥੇ ਪਿੰਡ ਖਾਲੀ ਹੋ ਗਏ ਨੇ। ਸਾਡੇ ਖਾਸ ਲੋਕ ਬਾਹਰ ਹੀ ਹੈ, ਇੱਥੇ ਘੱਟ ਲੋਕ ਰਹਿੰਦੇ ਪਏ ਆ, ਮਾਂ ਬਾਪ ਹੀ ਰਹਿੰਦੇ ਪਏ, ਬੱਚੇ ਤੇ ਸਾਰਿਆਂ ਦੇ ਬਾਹਰ ਹੀ ਆ। ਕਿਉਂਕਿ ਅਸੀਂ ਦੇਖਿਆ ਕਿ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਵੱਡੀਆਂ ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ, ਸਾਰੇ ਬੱਚੇ ਤੁਹਾਨੂੰ ਕਿ ਬਾਹਰ ਹੀ ਹੈ, ਇੱਥੇ ਕੋਈ ਵੀ ਨਹੀਂ ਹੈਗਾ। ਕਿੰਨੇ ਕੁ ਲੋਕ ਹੈਗੇ ਫਿਰ ਪਿੰਡ ਦੇ ਵਿੱਚ ਰਹਿ ਰਹੇ ਨੇ? ਬਜ਼ੁਰਗ ਹੀ ਰਹਿ ਰਹੇ ਆ, ਕੋਈ ਜਿਹੜਾ ਵਿਚਾਰਾ ਗਰੀਬ ਆ ਉਹ ਰਹਿ ਰਿਹਾ ਹੈ, ਬਾਕੀ ਸਾਰੇ ਬਾਹਰ ਹੀ ਆ ਜੀ। ਅਤੇ ਜੇ ਗੱਲ ਕੀਤੀ ਜਾਵੇ, ਕਿਉਂਕਿ ਨੌਜਵਾਨ ਪੀੜ੍ਹੀ ਨੂੰ ਤਾਂ ਕਿਹਾ ਜਾ ਰਿਹਾ ਕਿ ਬਾਹਰ ਨਾ ਜਾਣ, ਇੱਥੇ ਹੀ ਰਹਿ ਕੇ ਜਿਹੜਾ ਕੰਮ ਕਾਰ ਕਰਨ। ਨਹੀਂ, ਲੋਕਾਂ ਨੂੰ ਸ਼ੌਂਕ ਵੀ ਹੋ ਗਿਆ ਇੱਥੇ ਜਿਹੜੇ ਹੈਗੇ ਲੋਕ ਵੀ, ਉਹ ਵੀ ਕਹਿੰਦੇ ਵੀ ਅਸੀਂ ਬਾਹਰ ਹੀ ਨਿਕਲੀਏ, ਇੱਕ ਦੂਜੇ ਨੂੰ ਦੇਖ ਕੇ ਜਿਹਦਾ ਭੇਡ ਚਾਲ ਹੋ ਜਾਂਦੀ ਆ ਵੀ ਅਸੀਂ ਬਾਹਰ ਹੀ ਜਾਣਾ ਆ, ਉਹ ਆਸਾ ਕਹਿੰਦੇ। ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਜ਼ਿਆਦਾਤਰ ਪਿੰਡਾਂ ਦੇ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵੱਸ ਗਏ ਨੇ, ਇਸੇ ਤਰੀਕੇ ਦੇ ਨਾਲ ਸਾਡਾ ਪਿੰਡ ਵੀ ਜਿਹੜਾ ਤੁਹਾਨੂੰ ਖਾਲੀ ਨਜ਼ਰ ਆ ਰਿਹਾ, ਇੱਥੋਂ ਦੇ ਜਿਹੜੇ ਲੋਕ ਸੀਗੇ ਉਹ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਵੱਸ ਗਏ, ਉੱਥੇ ਉਹਨਾਂ ਨੇ ਚੰਗਾ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਕਿਉਂਕਿ ਇੱਥੇ ਰੁਜ਼ਗਾਰ ਨਾ ਮਿਲਣ ਕਰਕੇ ਲਗਾਤਾਰ ਨੌਜਵਾਨ ਬਾਹਰ ਦਾ ਰੁੱਖ ਕਰ ਰਹੇ ਨੇ। ਤਕਰੀਬਨ ਜਿਹੜੇ ਲੋਕਾਂ ਦੇ ਘਰਾਂ 'ਚ ਅਸੀਂ ਦੇਖਿਆ ਤਾਲੇ ਨਜ਼ਰ ਆਏ ਨੇ, ਇੱਥੇ ਦੇ ਪਿੰਡ ਦੇ ਲੋਕ ਕਿੱਥੇ ਚਲੇ ਗਏ? ਪਿੰਡ ਦੇ ਲੋਕ ਜ਼ਿਆਦਾਤਰ ਨੌਜਵਾਨ ਪੀੜ੍ਹੀ ਤਾਂ ਹੁਣ ਤੁਸੀਂ ਸਮਝ ਰਹੇ ਹਾਂ ਵੀ ਬਾਹਰ ਨੂੰ ਜ਼ਿਆਦਾ ਜਾ ਰਹੀ ਆ, ਰੁਝਾਨ ਬਾਹਰ ਦਾ ਹੀ ਆ ਅਤੇ ਇੱਧਰ ਕਿਉਂਕਿ ਕੋਈ ਕਾਰੋਬਾਰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ, ਇਸ ਕਰਕੇ ਭਵਿੱਖ ਉੱਜਲ ਕਰਨ ਵਾਸਤੇ ਆਪਣੇ ਰੋਜ਼ੀ ਰੋਟੀ ਕਮਾਉਣ ਵਾਸਤੇ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਆ ਅਤੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਮੋਸਟਲੀ ਤਾਲੇ ਲੱਗੇ ਹੋਏ ਆ, ਘਰਾਂ ਦੇ ਘਰ ਬੰਦ ਪਏ ਆ, ਕੋਈ ਕਾਫੀ ਮਤਲਬ ਬਾਹਰੋਂ ਆ ਕੇ ਕਿਰਾਏਦਾਰ ਬਹੁਤ ਰਹਿ ਰਹੇ ਆ ਇੱਥੇ। ਅਤੇ ਜੇ ਗੱਲ ਕੀਤੀ ਵੱਡੀ ਵੱਡੀ ਕੋਠੀਆਂ ਪਈਆਂ ਉੱਥੇ ਵੀ ਤਾਂ ਖਰਚ ਆਉਂਦਾ ਹੈ ਅਤੇ ਲੋਕ ਜਿਹੜਾ ਅਗਰ ਉੱਥੇ ਖਰਚ ਕਰ ਰਹੇ ਤਾਂ ਇੱਥੇ ਕਾਰੋਬਾਰ ਵੀ ਤਾਂ ਕਰ ਸਕਦੇ। ਬਜ਼ੁਰਗ ਜਿੱਦਾਂ ਕਹਿ ਲਓ ਬਈ ਸਵਰਗ ਸਧਾਰ ਗਏ ਆ ਅਤੇ ਬੱਚੇ ਨਵੀਂ ਪੀੜ੍ਹੀ ਜਿਹੜੀ ਉਹ ਬਾਹਰ ਚਲੇ ਗਈ ਆ, ਕੁਛ ਮਾਪੇ ਵੀ ਬੱਚਿਆਂ ਦੇ ਮਗਰ ਬਾਹਰ ਚਲੇ ਗਏ ਆ, ਇਸ ਕਰਕੇ ਪਿੰਡ ਦੇ ਵਿੱਚ ਜ਼ਿਆਦਾਤਰ ਘਰ ਤਾਲਾਬੰਦੀ ਦੇਖਣ ਨੂੰ ਮਿਲ ਰਹੀ ਆ। ਅਤੇ ਜੇ ਗੱਲ ਕੀਤੀ ਜਾਵੇ, ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਲੋਕਾਂ ਨੂੰ ਰੋਜ਼ਗਾਰ ਅਸੀਂ ਇੱਥੇ ਦੇਵਾਂਗੇ, ਲੋਕਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ, ਅਤੇ ਲੱਗ ਨਹੀਂ ਰਿਹਾ ਕਿ ਲੋਕ ਹਜੇ ਵੀ ਬਾਹਰ ਹੀ ਕਰ। ਨਹੀਂ ਦੇਖੋ ਜੀ, ਸਰਕਾਰਾਂ ਕਹਿੰਦੀਆਂ ਤਾਂ ਕੁਛ ਆ ਪਰ ਕਰਦੀਆਂ ਬਹੁਤ ਘੱਟ ਆ।
ਸਰਕਾਰ ਇੱਧਰ ਬੇਰੁਜ਼ਗਾਰੀ ਬੇਰੁਜ਼ਗਾਰੀ ਆਪਾਂ ਨੂੰ ਦੇਖਦੇ ਹਾਂ ਬਹੁਤ ਜ਼ਿਆਦਾ ਵੱਧ ਗਈ ਆ, ਅਤੇ ਇੱਧਰ ਕੋਈ ਵੀ ਜਿੰਨੀ ਮਰਜ਼ੀ ਪੜ੍ਹਾਈ ਕਰ ਲਓ ਉਹਦੇ ਹਿਸਾਬ ਨਾਲ ਕੋਈ ਨੌਕਰੀ ਪੇਸ਼ਾ ਨੌਕਰੀ ਮਿਲਣ ਦੀ ਆਸ ਤਾਂ ਬਹੁਤ ਘੱਟ ਆ। ਅਤੇ ਆਉਣ ਵਾਲੇ ਸਮੇਂ 'ਚ ਲੱਗਦਾ ਕਿ ਪਿੰਡ ਖਾਲੀ ਹੋ ਜਾਏਗਾ? ਆਉਣ ਵਾਲੇ ਸਮੇਂ 'ਚ ਜਿਸ ਹਿਸਾਬ ਨਾਲ ਹਾਲਾਤ ਚੱਲ ਰਹੇ ਆ ਪਿੰਡ ਦਾ, ਤਾਂ ਕੀ ਪੰਜਾਬ ਦਾ ਹੀ ਬੁਰਾ ਹਾਲ ਹੋਣ ਦੇ ਕਗਾਰ 'ਤੇ ਖੜਾ ਹੈਗਾ। ਜਿੱਦਾਂ ਕਹਿ ਲਓ ਵੀ ਪੂਰਾ ਪੰਜਾਬ ਹੀ ਬਾਹਰ ਨੂੰ ਬਹੀਰਾਂ ਘੱਤ ਕੇ ਜਾ ਰਿਹਾ ਹੈਗਾ। ਇਹ ਵੈਸੇ ਪੰਜਾਬ ਲਈ ਕਾਫੀ ਮਾੜੀ ਗੱਲ ਹੈਗੀ ਆ, ਅਤੇ ਆਉਣ ਵਾਲੇ ਭਵਿੱਖ ਲਈ ਵੀ ਆਪਣੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਮਤਲਬ ਸੋਚਣ ਵਾਲੀ ਗੱਲ ਹੈਗੀ ਆ ਜੀ। ਸਰ ਕੀ ਨਾਮ ਹੈ ਤੁਹਾਡਾ? ਜਸਵਿੰਦਰ ਸਿੰਘ। ਜਸਵਿੰਦਰ ਜੀ, ਕਾਫੀ ਦੇਖਿਆ ਸੀ ਪਿੰਡ ਦੇ ਵਿੱਚ ਘਰ ਦੇ ਲੋਕ ਲੱਗੇ ਹੋਏ ਨੇ ਵੱਡੀ ਵੱਡੀ ਕੋਠੀਆਂ ਤੇ, ਲੋਕ ਹੀ ਲੋਕ ਨਜ਼ਰ ਆਏ ਨੇ, ਕਾਰਨ ਕੀ ਹੈ? ਕਾਰਨ ਇਹ ਆ ਭਾਜੀ, ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਆ ਕਾਫੀ ਵਿਦੇਸ਼ ਦੇ ਵਿੱਚ ਜਿਹੜੇ, ਉਹਦੇ ਕਾਰਨ ਸਾਡਾ ਪਿੰਡ ਤਕਰੀਬਨ ਅੱਧੇ ਤੋਂ ਜ਼ਿਆਦਾ ਖਾਲੀ, ਜ਼ਿਆਦਾ ਲੋਕ ਬਾਹਰ ਚੱਲ ਪਿੰਡ ਦੇ ਵਿੱਚ, ਇਸ ਕਰਕੇ ਜ਼ਿਆਦਾ ਪਿੰਡ ਮਤਲਬ ਖਾਲੀ ਹੋ। ਇਹ ਕਿੰਨੇ ਸਮੇਂ ਤੋਂ ਜਿਹੜਾ ਲੋਕ ਬਾਹਰ ਨੂੰ ਰੁੱਖ ਕਰ ਰਹੇ ਆ ਪਿੰਡ ਤੋਂ, ਕਿਤੇ ਇਹ ਤਾਂ ਨਹੀਂ ਕਿ ਦਲਜੀਤ ਬਾਹਰ ਚਲਾ ਗਿਆ, ਦਲਜੀਤ ਇੱਕ ਵੱਡਾ ਸਟਾਰ ਬਣ ਗਿਆ ਇਸੇ ਕਰਕੇ ਲੋਕ ਵੀ ਬਾਹਰ ਨਿਕਲ? ਨਹੀਂ, ਉਹ ਤਾਂ ਉਹ ਨਹੀਂ ਗੱਲ ਹੈਗੀ, ਉਹ ਤੋਂ ਪਹਿਲਾਂ ਵੀ ਸਾਡੇ ਪਿੰਡ ਦੇ ਕਾਫੀ ਮਤਲਬ ਮਹਾਨ ਹਸਤੀਆਂ ਹੋਈਆਂ, ਜਿੱਦਾਂ ਆਪਾਂ ਕਹਿ ਦਈਏ ਉਜਲ ਦਸਾਂਝ ਕੈਨੇਡਾ ਦੇ ਮੁੱਖ ਮੰਤਰੀ ਸੀ, ਉਹ ਵੀ ਸਾਡੇ ਪਿੰਡ ਤੋਂ ਸੀ, ਹੈ ਨਾ। ਇਹ ਤਾਂ ਨਹੀਂ ਗੱਲ ਬਈ ਇਹ ਮਤਲਬ ਬਾਹਰ ਗਏ ਦਲਜੀਤ ਤੇ ਤਾਂ ਲੋਕ ਜਾਣ ਲੱਗੇ, ਪਰ ਪਹਿਲਾਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਇਹੀ ਆ ਵੀ ਫੈਮਿਲੀਆਂ ਪਹਿਲਾਂ ਤੋਂ ਹੀ ਬਾਹਰ ਆ। ਪਰ ਜੇ ਲੋਕ ਸਾਰੇ ਹੀ ਬਾਹਰ ਚਲੇ ਜਾਣਗੇ ਤਾਂ ਪਿੰਡ ਤਾਂ ਖਾਲੀ, ਪਿੰਡ ਤਾਂ ਖਾਲੀ ਹੋ। ਹਾਂਜੀ, ਇਹ ਤਾਂ ਗੱਲ ਹੈਗੀ ਆ ਵੀ ਜਦੋਂ ਸਾਰੇ ਬਾਹਰ ਚਲੇ ਜਾਣਗੇ ਪਿੰਡ ਤਾਂ ਖਾਲੀ, ਤੇ ਫਿਰ ਪਿੰਡ 'ਚ ਰਹੂਗਾ ਕਿਉਂ? ਇਹ ਤਾਂ ਹੁਣ ਆਉਣ ਵਾਲਾ ਸਮਾਂ ਦੇਖਦੇ ਹਾਂ ਕਿੱਦਾਂ ਹੁੰਦੀ ਆ। ਮੈਨੂੰ ਲੱਗਦਾ ਨਹੀਂ ਵੀ ਇੱਥੇ ਕੋਈ ਵੀ ਰਹਿ ਕੇ ਕਿਸੇ ਦਾ ਬੱਚਾ, ਹੁਣ ਤੁਸੀਂ ਦੇਖ ਲਓ ਸਾਡੇ ਹੀ ਦੇਖ ਲਓ, ਸਾਰਿਆਂ ਦੇ ਘਰ ਪਰਤੀ ਦੇਖ ਲਓ, ਇੱਕ ਇੱਕ ਬੱਚਾ ਬਾਹਰ ਹੀ ਹੋਊਗਾ। ਬਾਹਰ ਮੇਰੇ ਤਾਂ ਆਪ ਤਿੰਨੇ ਹੀ ਬਾਹਰ ਆ ਜੀ, ਮੈਂ ਤਾਂ ਸਰਕਾਰੀ ਜੋਬ ਕਰਦਾ ਇੱਥੇ। ਜਿਸ ਤਰੀਕੇ ਦੇ ਨਾਲ ਹੁਣ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ, ਤਾਂ ਆਉਣ ਵਾਲਾ ਸਮਾਂ ਅਜਿਹਾ ਹੋ ਜਾਵੇਗਾ ਕਿ ਪਿੰਡਾਂ ਦੇ ਨਾਂ ਸਿਰਫ ਨਾਮ ਦੇ ਹੀ ਰਹਿ ਜਾਣਗੇ, ਕਿਉਂਕਿ ਲੋਕ ਜਾਂ ਤਾਂ ਵਿਦੇਸ਼ਾਂ ਵਿੱਚ ਵੱਸ ਜਾਣਗੇ ਜਾਂ ਫਿਰ ਸ਼ਹਿਰਾਂ ਦੇ ਵਿੱਚ ਆ ਕੇ ਆਪਣੀਆਂ ਕੋਠੀਆਂ ਬਣਾ ਲੈਣਗੇ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।